ਆਪਣੀ ਮਾਤਭੂਮੀ ਨੂੰ ਸਦਾ ਲਈ ਅਲਵਿਦਾ ਕਹਿਣ ਵਾਲਿਆਂ ਵਿੱਚੋਂ ਪੰਜਾਬੀ ਦੇਸ਼ ਭਰ ਵਿੱਚ ਦੂਸਰੇ ਨੰਬਰ ਤੇ ਆਉਂਦੇ ਨੇ ਬੀਤੇ 9 ਵਰਿਆਂ ਦਾ ਰੁਝਾਨ ਦੱਸਦਾ ਹੈ ਕਿ ਹਰ ਸਾਲ ਔਸਤਨ 3124 ਪੰਜਾਬੀਆਂ ਨੇ ਆਪਣੀ ਧਰਤੀ ਨੂੰ ਪੱਕੇ ਤੌਰ ਤੇ ਛੱਡਿਆ ਦਿੱਲੀ ਇਸ ਮਾਮਲੇ ਤੇ ਪਹਿਲੇ ਨੰਬਰ ਤੇ ਹੈ ਜਦਕਿ ਪੰਜਾਬੀ ਤੇ ਗੁਜਰਾਤੀ ਪੱਕੇ ਤੌਰ ਤੇ ਵਿਦੇਸ਼ੀ ਵਸਿੰਦੇ ਬਣਨ ਦੇ ਲਈ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਨੇ ਪੰਜਾਬ ਤੋਂ ਸਟੱਡੀ ਵੀਜ਼ਾ ਨੇ ਜਵਾਨੀ ਨੂੰ ਜੋ ਖੰਭ ਲਾਏ ਨੇ ਉਸ ਤੇ ਨਤੀਜੇ ਆਉਂਦੇ ਵਰਿਆਂ ਚ ਸਪਸ਼ਟ ਉਜਾਗਰ ਹੋਣਗੇ ਕੇਂਦਰੀ ਵਿਦੇਸ਼ ਮੰਤਰਾਲਾ ਨੇ 2014 ਤੋਂ 2022 ਦਾ ਅੰਕੜਾ ਪਿਛਲੇ ਦਿਨੀ ਨਸ਼ਰ ਕੀਤਾ ਸੀ ਇਸ ਵਖਵੇ ਦੌਰਾਨ ਕੁੱਲ 246580 ਭਾਰਤੀਆਂ ਨੇ ਵਿਦੇਸ਼ੀ ਨਾਗਰਿਕਤਾ ਹਾਸਲ ਕਰਕੇ ਆਪਣਾ ਭਾਰਤੀ ਪਾਸਪੋਰਟ ਤਿਆਗ ਦਿੱਤਾ ਇਸ ਵਿੱਚ ਸਭ ਤੋਂ ਵੱਡੀ ਗਿਣਤੀ ਦਿੱਲੀ ਵਾਸੀਆਂ ਦੀ ਦੱਸੀ ਗਈ ਸੀ ਦੂਸਰੇ ਨੰਬਰ ਤੇ ਪੰਜਾਬੀ ਆਉਂਦੇ ਨੇ ਜਿਨ੍ਹਾਂ ਦੀ ਗਿਣਤੀ 28717 ਦੇ ਕਰੀਬ ਹੈ ਇਸ ਤੋਂ ਬਿਨਾ ਤੀਸਰੇ ਨੰਬਰ ਤੇ 22300 ਗੁਜਰਾਤੀਆਂ ਨੇ ਭਾਰਤੀ ਪਾਸਪੋਰਟ ਨੂੰ ਛੱਡਿਆ ਹੈ ਗਵਾਂਡੀ ਸੂਬੇ ਹਰਿਆਣਾ ਦੇ ਕੇਵਲ 7226 ਵਸਨੀਕ ਇਸ ਸ਼੍ਰੇਣੀ ਚਾਉਂਦੇ ਨੇ ਜਦਕਿ ਚੰਡੀਗੜ੍ਹ ਦੇ ਵਿੱਚੋਂ ਕੇਵਲ 1904 ਵਸਨੀਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ ਭਾਰਤੀ ਨਾਗਰਿਕਤਾ ਐਕਟ 1955 ਦੇ ਅਨੁਸਾਰ ਭਾਰਤੀ ਬੋਲ ਦਾ ਨਾਗਰਿਕ ਇੱਕੋ ਵੇਲੇ ਦੋ ਮੁਲਕਾਂ ਦੀ ਨਾਗਰਿਕਤਾ ਨਹੀਂ ਰੱਖ ਸਕਦਾ ਹੈ ਇਸ ਕਰਕੇ ਉਸ ਨੂੰ ਇੱਕ ਮੁਲਕ ਦੀ ਨਾਗਰਿਕਤਾ ਛੱਡਣੀ ਪੈਂਦੀ ਹੈ ਪਿਛਲੇ 9 ਵਰਿਆਂ ਦੇ ਅੰਕੜਿਆਂ ਦੇ ਅਨੁਸਾਰ ਔਸਤਨ ਰੋਜ਼ਾਨਾ 8 ਪੰਜਾਬੀ ਵਿਦੇਸ਼ਾਂ 'ਚ ਵਸਿੰਦੇ ਬਣਦੇ ਨੇ ਲੁਧਿਆਣਾ ਦੇ ਇੱਕ ਇਮੀਗ੍ਰੇਸ਼ਨ ਦੇ ਐਮ ਡੀ ਦਾ ਕਹਿਣਾ ਹੈ ਕਿ ਜਿਹੜੇ ਪੰਜਾਬੀ ਇੱਕ ਵਾਰ ਵਿਦੇਸ਼ ਚਲੇ ਜਾਂਦੇ ਨੇ ਉਨ੍ਹਾਂ ਦੀ ਵਾਪਸੀ ਦੇ ਅਸਾਰ ਬਹੁਤ ਘੱਟ ਹੁੰਦੇ ਨੇ ਬਿਊਰੋ ਆਫ ਇਮੀਗ੍ਰੇਸ਼ਨ ਦੇ ਤੱਥ ਨੇ ਕਿ 1 ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ ਚੋਂ 2.62 ਲੱਖ ਯਾਨੀ ਕਿ 2,62,000 ਪੰਜਾਬੀ ਸਟੱਡੀ ਵੀਜ਼ਾ ਤੇ ਅਤੇ 4,78,000 ਵਿਅਕਤੀ ਰੋਜ਼ਗਾਰ ਵੀਜ਼ਾ ਤੇ ਵਿਦੇਸ਼ ਗਏ ਜੋ ਔਸਤਨ 7,750 ਵਿਅਕਤੀ ਪ੍ਰਤੀ ਮਹੀਨਾ ਬਣਦੇ ਨੇ